रूप रंग यार रेख पेख को कह न सकत के है। अचल मूर्ति अनुपव प्रकाश अमितो कह जय। कोट इंद्र इंद्रान साहे साहान गिन जय। त्रिपवन मिहिर स्वर नर असुर नेत नेत बन तिरन कहत। त्वय सर्वनाम कथय कवन कर्म नाम वर्णत सुमत। अस्किरपान खंडो खड़ग तबक तबर अरती सैफ सुरोही सहथी यह हमारा पी। तीर चुही सची चुही चुही तवर तरवार नाम तिहारो जो जपे सिंध पव पार। काल तुही काली तुही तुही तेगी अरती तुही निशानी जीत की आज तुही जग वीर। खड़ग केत मैं शरण तिहारी आप हाथ दलिहु उभारी। सर्व ठौर मोह सहाई दुष्ट दोख ते लिहु बचाई। नमस्कार श्री कर खड़ग को करो सोहित चितलाय। पूर्ण करो ग्रंथ हे तुम हे कहो करो सहाय। पूर्ण करो ग्रंथ हे तुम हे करो सहाय। वाहे गुरु साहिब जीओ सिद्ध को स्वरूप है कि बुद्ध को विभूत है कि क्रुद्ध को अपूत है कि अच्छा अविनाशी है काम को कुनिंदा है कि खूबी को दिहंदा है गनीमन गरिंदा है कि तेज को प्रकाशी है काल हूं के काल है कि सत्रन के साल है कि मित्रन को पोखत है कि वृद्धता की बासी है जोग हूं को जंतर है कि तेज हूं को तंत्र है कि मोहनी को मंत्र है कि पूर्ण प्रकाशी है सिद्ध को स्वरूप है कि बुद्ध को विभूत है। वाहिगुरु जी का खालसा वाहिगुरु जी की फतेह। परम सत्कार योग
ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗ੍ਰੰਥੀ ਸਾਹਿਬਾਨ ਰਾਹੀਂ ਗੁਰੂ ਮਹਾਰਾਜ ਦੀ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਮਹਾਂਵਾਕ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਜਪ ਬਾਣੀ ਉਚਾਰਨ ਹੋਈ ਹੈ, ਉਹਦਾ ਜਾਪ ਪਾਠ ਹੋਇਆ ਹੈ, ਸ਼੍ਰੀ ਰਾਹੀਂ ਕੀਰਤਨ ਹੋ ਰਿਹਾ ਸੀ, ਆਪ ਸਰਵਣ ਕਰ ਰਹੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਅਕਾਲ ਉਸਤਤ ਦੇ ਸਿਰਲੇਖ ਹੇਠ ਆਪਣੇ ਮੁਖਾਰਬਿੰਦ ਤੋਂ ਵਾਹਿਗੁਰੂ ਪਰਮੇਸ਼ਰ ਦੀ ਉਸਦੀ ਵਡਿਆਈ ਰੂਪ ਦੀ ਬਾਣੀ ਉਚਾਰਨ ਹੋਈ ਹੋਈ ਹੈ, ਉਹਦੀ ਆਪਾਂ ਲੜੀਵਾਰ ਰੂਪ ਵਿੱਚ ਵਿਚਾਰ ਕਰ ਰਹੇ ਸੀ। ਪਿੱਛੇ ਜਿੱਥੇ ਵਿਚਾਰ ਰੁਕੀ ਸੀ ਉੱਥੋਂ ਅੱਗੇ ਅੱਜ ਆਪਾਂ ਪ੍ਰਾਰੰਭ ਕਰ ਰਹੇ ਹਾਂ। ਪਰਮੇਸ਼ਰ ਦੀ ਸਿਰ ਸਲਾਘਾ ਰੂਪ ਦੇ ਵਿੱਚ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਕਾਵਿ ਦੇ ਨਿਯਮਾਂ ਵਿੱਚ ਸੋਹਣੇ ਸੁੰਦਰ ਬਚਨ ਕਹਿ ਰਹੇ ਹੈ, ਉਹ ਆਪਾਂ ਨੂੰ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ। ਇਹ ਪਰਮੇਸ਼ਰ ਵਾਹਿਗੁਰੂ ਜਿਹੜੀ ਸਿੱਧੀ ਹੈ ਜਾਂ ਤੂੰ ਉਹਦਾ ਸਰੂਪ ਵੀ ਹੈ, ਨਿਜ ਰੂਪ ਵੀ ਹੈ, ਯਾਨੀ ਸਿੱਧੀ ਦਾ ਤੂੰ ਆਪਣਾ ਆਪ ਰੂਪ ਹੈ। ਸਿੱਧੀ ਤੇਥੋਂ ਕੋਈ ਵੱਖਰੀ ਨਹੀਂ ਹੈ, ਸਿੱਧੀ ਦਾ ਤੂੰ ਆਪਣਾ ਰੂਪ ਹੈ, ਆਪਣਾ ਉਹਦਾ ਰੂਪ ਹੀ ਹੋ ਰਿਹਾ ਹੈ। ਜਾਂ ਸਿੱਧੀਆਂ ਬਖਸ਼ਣ ਵਾਲਾ ਤੂੰ ਸਰੂਪ ਹੈ, ਵੀ ਹੋਰ ਸਾਪੜੇ ਸੂਪੜੇ ਦੇਣ ਵਾਲੇ ਤਾਂ ਹੁੰਦੇ ਬਥੇਰੇ, ਐ ਹੋਜੋ ਹੋਜੋ ਉਹ ਜਲਾਮੀ ਗੁਲਾਮੀ ਹੁੰਦਾ, ਉਹ ਲੈਣ ਦੇਣ ਨੂੰ ਕੁਝ ਨਹੀਂ ਹੁੰਦਾ ਹੈ। ਜਿਵੇਂ ਉਹ ਸ਼ਿਵਜੀ ਨੇ ਕਹਿੰਦੇ ਉਹ ਲਪੋੜ ਸੰਖ ਦਿੱਤਾ ਸੀ ਨਾ ਇੱਕ ਜ਼ਿਮੀਦਾਰ ਨੂੰ, ਉਹ ਕਹਿੰਦਾ ਹੀ ਕਹਿੰਦਾ ਸੀ, ਦਿੰਦਾ ਲੈਂਦਾ ਕੁਛ ਨਹੀਂ ਸੀ। ਜੋ ਜ਼ਿਮੀਦਾਰ ਕਹਿੰਦਾ ਵੀ 5,000 ਦੇ ਦੇ ਰੁਪਈਆ ਮੈਨੂੰ ਸੰਖਾ, ਉਹ ਕਹਿੰਦਾ ਦਸ 5,000 ਦੀ ਗੱਲ ਕੀ ਹੈ ਤਾਂ 10,000 ਲੈ। ਉਹ ਕਹਿੰਦਾ ਫਿਰ ਤੂੰ 10,000 ਦੇ ਦੇ, ਕਹਿੰਦਾ 10,000 ਲੈ ਕੇ ਤੂੰ 20,000 ਲੈ ਮੈਥੋਂ, ਮੇਰੇ ਫਿਰ 20,000 ਦੇ ਦੇ। ਕਹਿੰਦੇ 20,000 ਕਿਉਂ ਮੰਗਣਾ, 40,000 ਮੰਗਾ। ਉਹ ਕਹਿੰਦਾ ਦਿੰਦਾ ਵੀ ਦੇਣੇ ਬਾਕੀ ਕੁਛ, ਉਹ ਕਹਿੰਦੇ ਕਹਿੰਦਾ ਕਹਿੰਦਾ ਉਹ ਜਿਹੜਾ ਦੇਣ ਵਾਲਾ ਸੀ ਪਹਿਲਾਂ ਸੀ, ਮੈਂ ਤਾਂ ਲਪੋੜ ਸੰਗ, ਮੈਂ ਤਾਂ ਕਹਿੰਦੇ ਹਾਂ ਵੀ ਲੈ ਲਾ ਲੈ ਲਾ, ਦਿੰਦਾ ਦਿੰਦਾ ਕੁਛ ਨਹੀਂ ਹੈ। ਇਸ ਤਰ੍ਹਾਂ ਕਈ ਮੁੱਖ ਤੋਂ ਕਹੀ ਜਾਂਦੇ ਹੁੰਦੇ ਵੀ ਤੈਨੂੰ ਆ ਵੀ ਦਿੱਤਾ ਆ ਵੀ ਦਿੱਤਾ, ਤੇ ਦਿੰਦੇ ਦਿੰਦੇ ਕੁਝ ਨਹੀਂ ਹੁੰਦੇ। ਸਿੱਧੀ ਇੱਕ ਐਸੀ ਬਖਸੂ ਹੈ ਜੇ ਉਹ ਮਨੁੱਖ ਕੋਲ ਆ ਜੇ ਫਿਰ ਜੋ ਚਾਹੇ ਲੈ ਦੇ ਸਕਦਾ ਕਿਸੇ ਨੂੰ, ਆਪ ਹੀ ਉਹ ਸਿੱਧੀ ਦੇ ਬਲ ਨਾਲ ਸਭ ਕੁਝ ਕਰ ਕਰਾ ਸਕਦਾ ਹੈ। ਤੇ ਉਹ ਸਿੱਧੀ ਦੇ ਬਲ ਨਾਲ ਹੋਰ ਨਾ ਤੋਂ ਵੀ ਉਹ ਕਹਿ ਕੇ ਕਰਵਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਹੇ ਪਰਮੇਸ਼ਰ ਜਿਹੜਾ ਸਿੱਧੀ ਹੈ ਨਾ, ਉਹਦਾ ਤੂੰ ਕੀ ਸਰੂਪ ਹੀ ਹੈ, ਨਿਜ ਰੂਪ ਹੀ ਹੈ, ਤੂੰ ਸਿੱਧੀ ਦਾ ਆਪਣਾ ਆਪ ਰੂਪ ਹੀ ਹੈ, ਸਿੱਧੀ ਦਾ
ਸਰੂਪੀ ਬਣ ਰਿਹਾ, ਸਿੱਧ ਰੂਪ ਨੂੰ ਆਪ ਹੀ ਹੋ ਰਿਹਾ ਹੈ ਕਿ ਬੁੱਧ ਕੋ ਅਭਿਭੂਤ ਹੈ ਜਾਂ ਮਹਾਰਾਜ ਜਿਹੜੀ ਬੁੱਧੀ ਹੈ ਇਹ ਇੱਕ ਭੂਤੀ ਵਾਂਗ ਹੈ, ਇਹ ਬੁੱਧੀ ਰੂਪੀ ਭੂਤੀ ਨੂੰ ਬਖਸ਼ਣ ਵਾਲਾ ਹੈ ਕਿਉਂਕਿ ਜਿਹੜੀ ਚੰਗੀ ਅਕਲ ਹੈ ਇਹਦੇ ਵਿੱਚ ਹੀ ਸਾਰੀਆਂ ਸੰਪਦਾ ਹੈ, ਚੰਗੀ ਬੁੱਧੀ ਵਾਲਾ ਸਭ ਤਰ੍ਹਾਂ ਦੀ ਬੁੱਧੀ ਹਾਥੀ ਘੋੜੇ ਹੋਰ ਜਿਹੜੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਕਰ ਲੈਂਦਾ ਵੀ ਅਕਲ ਨੇ ਕੀ ਕਰਨਾ ਜਾਂ ਬੁੱਧ ਕੋ ਬਪੂਤ ਹੈ ਜਾਂ ਬੁੱਧੀ ਰੂਪ ਜਿਹੜੀ ਭੂਤੀ ਹੈ ਇਹਨੂੰ ਤੂੰ ਬਖਸ਼ਣ ਵਾਲਾ ਹੈ ਕਿ ਬੁੱਧ ਕੋ ਬਪੂਤ ਹੈ ਬੁੱਧੀ ਰੂਪੀ ਭੂਤੀ ਵਾਲਾ ਹੈ ਤੂੰ ਪਰਮੇਸ਼ਰ ਵੀ ਹੋਰ ਨਾ ਪਰ ਦੂਜੀਆਂ ਤਾਂ ਭੂਤੀਆਂ ਹੁੰਦੀਆਂ ਹਾਥੀ ਘੋੜੇ ਬਥੇਰੇ ਹੁੰਦੇ ਹੈ ਤੇ ਬੁੱਧੀ ਰੂਪ ਜਿਹੜੀ ਭੂਤੀ ਉਹ ਨਹੀਂ ਹੁੰਦੀ ਹੈ ਉਹ ਜਿਹੜੀ ਆਤਮ ਵਿਸ਼ੈਣੀ ਜਿਹੜੀ ਬੁੱਧ ਹੈ ਇਹ ਵੀ ਬਹੁਤ ਵੱਡੀ ਮਹਾਨ ਭੂਤੀ ਹੈ ਜਿਹਦੇ ਕੋਲ ਉਹ ਆ ਜਾਏ ਆਤਮ ਵਿਸ਼ੈਣੀ ਬੁੱਧ ਰੂਪ ਭੂਤੀ ਉਹ ਆਤਮ ਸਰੂਪ ਦੀ ਲਖਤਾ ਕਰ ਲੈਂਦਾ ਹੈ ਆਪਣੇ ਨਿਜ ਰੂਪ ਨੂੰ ਜਾਣ ਲੈਂਦਾ ਹੈ ਇਸ ਕਰਕੇ ਉਹ ਜਿਹੜੀ ਉੱਤਮ ਬੁੱਧੀ ਹੈ ਉੱਤਮ ਮਤ ਹੈ ਜਿਵੇਂ ਬਾਣੀ ਵਿੱਚ ਕਿਹਾ ਉੱਤਮ ਮਤ ਮੇਰੇ ਹਿਰਦੇ ਤੋਂ ਆਓ ਇਹ ਚੰਗੀ ਅਕਲ ਵੱਧ ਤੂੰ ਮੇਰੇ ਹਿਰਦੇ ਵਿੱਚ ਹੀ ਆ ਜਾ ਜੇ ਭਲਾ ਅਕਲ ਬੁੱਧ ਕਹੇ ਵੀ ਜੇ ਮੈਂ ਆ ਜਾ ਤੇਰੇ ਤੈਨੂੰ ਕੀ ਲੱਭ ਜਾਊ ਤੈਨੂੰ ਕੀ ਲਾਭ ਹੋ ਜਾਊ ਮਹਾਰਾਜ ਕਹਿੰਦੇ ਵੀ ਜੇ ਤੂੰ ਆ ਜਾਏ ਨਾ ਮੇਰੇ ਹਿਰਦੇ ਵਿੱਚ ਚੰਗੀ ਅਕਲ ਮਤ ਫਿਰ ਮੈਂ ਆਖਲ ਨਾ ਧਿਆਵੋ ਗਾਵੋ ਗੁਣ ਗੋਬਿੰਦਾ ਮੈਂ ਧਿਆਉਣ ਲੱਗ ਜਾਵਾਂਗਾ ਤੇ ਗੋਬਿੰਦ ਦੇ ਗੁਣ ਗਾਉਣ ਲੱਗ ਜਾਵਾਂਗਾ ਜਿਹੜਾ ਪਰਮੇਸ਼ਰ ਦਾ ਨਾਮ ਮੈਨੂੰ ਚੰਗਾ ਨੀ ਨਾ ਲੱਗਦਾ ਹੱਥ ਪ੍ਰੀਤ ਮੋਹ ਲੱਗਾ ਨਾ ਉਹ ਨਾਮ ਮੈਨੂੰ ਬਹੁਤ ਚੰਗਾ ਲੱਗਣ ਲੱਗ ਜਾਊਗਾ ਇਸ ਕਰਕੇ ਜਿਹੜੀ ਆਤਮ ਵਿਸ਼ੇਣੀ ਬੁੱਧੀ ਰੂਪੀ ਬੁੱਧੀ ਹੈ ਉਹਦੀ ਤੂੰ ਬਖਸ਼ਣ ਵਾਲਾ ਬਖਸ਼ ਕਰਨ ਵਾਲਾ ਵੀ ਹੈ ਕਿ ਕ੍ਰੋਧ ਕੋ ਅਭੂਤ ਹੈ ਜਿਹੜਾ ਕ੍ਰੋਧ ਹੈ ਨਾ ਇਹਨੂੰ ਤੂੰ ਕਹਿੰਦੇ ਅਭੂਤ ਕੀ ਨਾਸ ਕਰਨ ਵਾਲਾ ਹੈ ਇਹਦਾ ਫਾਹਾ ਵੱਢਣ ਤੂੰ ਵਾਲਾ ਇਹਦੇ ਥਾਂ ਸ਼ਾਂਤੀ ਬਖਸ਼ਿਸ਼ ਕਰਨ ਵਾਲਾ ਤੂੰ ਹੈ ਕ੍ਰੋਧ ਨੂੰ ਤੂੰ ਨਾਸ ਕਰਨ ਵਾਲਾ ਹੈ ਨਹੀਂ ਤਾਂ ਕ੍ਰੋਧ ਸਾਰਿਆਂ ਨੂੰ ਨਾਸ ਕਰਦਾ ਤੇ ਕ੍ਰੋਧ ਨੇ ਆਪਣਾ ਬਲ ਦੱਸਿਆ ਮਹਾਮੋਹ ਰਾਜੇ ਨੂੰ ਆਪਣੇ ਰਾਜੇ ਨੂੰ ਕਹਿੰਦੇ ਮੈਂ ਮਹਾਮੋਹ ਮੇਰੇ ਰਾਜਾ ਜੀ ਮਾਲਕ ਜੀ ਮੈਂ ਬਹੁਤ ਬਲੀ ਹੈ ਕਹਿੰਦੇ ਵੀ ਤੈਨੂੰ ਕਿੰਨਾ ਕੁ ਬਲੀ ਹੈ ਕ੍ਰੋਧ ਤੂੰ ਆਪਣਾ ਬਲ ਦੱਸ ਉਹ ਪ੍ਰਭੂ ਚੰਦਰ ਨਾਟਕ ਵਿੱਚ ਕ੍ਰੋਧ ਨੇ ਜਿਹੜਾ ਆਪਣਾ ਬਲ ਦੱਸਿਆ ਨਾ ਉਹ ਪੰਡਿਤ ਗੁਲਾਬ ਸਿੰਘ ਜੀ ਨੇ ਉਹ ਸੋਹਣੇ ਕਾਵ ਦੇ ਜਾਂ ਵਿੱਚ ਕਿਹਾ ਕ੍ਰੋਧ ਕਹਿੰਦਾ ਅੰਧ ਕਰੋ ਦਿਰਗ ਬੰਤਨ ਕੋ ਤੁਰਤ ਬੰਤਨ ਕੋ ਬਦਰੋ ਕਰ ਡਾਰੋ ਤੁਰਤ ਬੰਤਨ ਕੋ ਸੋ ਤੀਰ ਹਰੋ ਇਹ ਮਹਾਮੋਹ ਰਾਜਾ ਜੀ ਮੈਂ ਕ੍ਰੋਧ ਬੜਾ ਬਲੀ ਹੈ ਕਦੇ ਮੈਂ ਜਦੋਂ ਕਿਸੇ ਦੇ ਅੰਦਰ ਜਾਣਾ ਨਾ ਕ੍ਰੋਧ ਕਦੇ ਮੈਂ ਜਿਨ੍ਹਾਂ ਨੂੰ ਚੰਗਾ ਭਲਾ ਦੇਖਦਾ ਮੈਂ ਉਹਨਾਂ ਨੂੰ ਅਨਿਆ ਕਰ ਦਿੰਦਾ ਜਦੋਂ ਕਿਸੇ ਨੇ ਗੁੱਸਾ ਆਇਆ ਹੋਵੇ ਨਾ ਉਹਨੂੰ ਕਹੋ ਮਾੜਾ ਮੋਟਾ ਦੇਖ ਕਹਿੰਦੇ ਬੜੇ ਜਾ ਮੈਨੂੰ ਨਹੀਂ ਦਿਖਾਉਣਾ ਕਹਿੰਦੇ ਮੈਂ ਚੰਗੇ ਭਲੇ ਦੇਖਣ ਵਾਲਿਆਂ ਨੂੰ ਅੰਨਾ ਕਰ ਦਿੰਦਾ ਇਸੇ ਤਰ੍ਹਾਂ ਸੁਰਤ ਬੰਤਨ ਕੋ ਬਦਲੋ ਜਿਹੜੇ ਕੰਨਾਂ ਨਾਲ ਚੰਗੀ ਤਰ੍ਹਾਂ ਸੁਣਨ ਵਾਲੇ ਨਾ ਧਿਆਨ ਨਾਲ ਵਾਲੇ ਉਹਨਾਂ ਨੂੰ ਮੈਂ ਕਹਿੰਦੇ ਬੋਲਾ ਕਰਕੇ ਰੱਖ ਦਿੰਦਾ ਹਾਂ ਉਹ ਨੀ ਕਿਸੇ ਦੀ ਸੁਣਨਗੇ ਉਹ ਕਹੂਗਾ ਇਹਦੇ ਅੰਦਰ ਉਹ ਮੈਨੂੰ ਨੀ ਸੁਣਦਾ ਪਰੇ ਇਹੋ ਜਿਹਾ ਹੁਣ ਜਿਹੜੇ ਬੜੇ ਬੜੇ ਧਿਰਤ ਵਾਲੇ ਹੈ ਧੀਰਜ ਵਾਲੇ ਹੈ ਕਹਿੰਦੇ ਉਹਨਾਂ ਦਾ ਧੀਰਜ ਧੂਰਜ ਮੈਂ ਨਾਸ ਕਰਕੇ ਰੱਖ ਦਿੰਦਾ
ਇਸ ਕਰਕੇ ਐਸਾ ਜਿਹੜਾ ਕਰੋਰ ਬਲੀ ਹੈ ਨਾ, ਜਿਨ੍ਹਾਂ ਨੂੰ ਮਿੱਤਰ ਵਾਸਾ ਵਰਗਿਆਂ ਨੂੰ ਵੀ ਕਿਹੜੀ ਕੀੜ ਪਾੜਤਾ, ਅਮਰੀਕ ਬਾਰਿਆਂ ਦਾ ਰੱਖਿਆ ਕਰਨ ਵਾਸਤੇ ਇਸ ਚਿੱਤਰ ਚੱਕਰ ਭਗਵਾਨ ਦਾ ਮਗਰ ਕਹਿ ਗਿਆ ਸੀ। ਉਹ ਕ੍ਰੋਧ ਕਰਕੇ ਸੀ, ਕਹਿੰਦਾ ਸੀ ਤੂੰ ਮੈਥੋਂ ਪਹਿਲਾਂ ਕਿਉਂ ਇਹ ਵਰਤ ਤੋੜਿਆ, ਕਿਉਂ ਖਾਧਾ। ਗੱਲਾਂ ਜੇ ਉਹਨੇ ਦੋ ਮੜਾ ਜਿਹਾ ਪਾਣੀ ਮੂੰਹ ਪਾ ਲਿਆ, ਫੇਰ ਕੀ ਭਾਰ ਡਿੱਗ ਪਿਆ ਤੇਰੇ ਤੇ, ਮੈਂ ਮਹਾਨ ਹੈ, ਮੈਂ ਕ੍ਰਿਸ਼ਨ ਭਗਵਾਨ ਦਾ ਗੁਰੂ ਹੈ, ਤੂੰ ਮੈਥੋਂ ਬਗੈਰ ਉਹ ਕਿਉਂ ਖਾਧਾ ਅਮਰੀਕਾ। ਇੰਨੇ ਚ ਹੀ ਔਖਾ ਹੋ ਗਿਆ ਵੀ ਨਿਉਂਦਾ ਦਿੱਤਾ ਸੀ ਤੂੰ ਪਹਿਲਾਂ ਕਿਉਂ ਛਕਿਆ। ਸਿਰਫ ਮੂੰਹ ਵਿੱਚ ਚਰਨਾਮਤੀ ਪਾਇਆ ਸੀ, ਇੰਨੇ ਚ ਹੀ ਕਹਿੰਦਾ ਤੂੰ ਪਾਇਆ ਤਾਂ ਹੈ ਨਾ ਮੂੰਹ ਵਿੱਚ, ਇਹ ਨਿਜੋਂ ਦੀ ਆਗਿਆ ਦੇ ਤੂੰ ਇਹ ਉਲੰਘਣ ਕੀਤਾ ਹੈ, ਭੰਗ ਕੀਤਾ ਹੈ ਕਿ ਕਿਸੇ ਨੂੰ ਨਿਉਂਦਾ ਦੇ ਕਿ ਜੇ ਪਹਿਲਾਂ ਛਕੀਏ ਫਿਰ ਉਹ ਦੇਣਦਾਰ ਹੋ ਜਾਂਦਾ ਹੈ। ਇਹੋ ਜਿਹਾ ਜਿਹੜਾ ਕ੍ਰੋਧ ਹੈ ਜਿਹੜਾ ਬੜੇ ਬੜੇ ਰਿਸ਼ੀਆਂ ਨੂੰ ਆ ਕੇ ਤੇ ਦੂਜਿਆਂ ਨੂੰ ਸਰਾਪ ਦਵਾ ਦਿੰਦਾ ਹੈ। ਸਨਕ ਸਨਕਾਨਕਾਂ ਅੰਦਰ ਵੀ ਕ੍ਰੋਧ ਆ ਗਿਆ ਸੀ। ਜੈ ਵਿਜੇ ਜਿਹੜੇ ਭਗਵਾਨ ਦੇ ਦੋ ਪਹਿਰੇਦਾਰ ਸੀ ਉਹਨਾਂ ਨੂੰ ਕਹਿੰਦਾ ਜਾਓ ਰਾਕਸ਼ ਬਣੋ ਤੁਸੀਂ। ਗੱਲ ਕੁਝ ਵੀ ਨਹੀਂ ਸੀ, ਸਿਰਫ ਕਹਿੰਦੇ ਸੀ ਵੀ ਤੂੰ ਤੁਸੀਂ ਪੁੱਛ ਕੇ ਜਾਇਆ ਕਰੋ, ਅਸੀਂ ਪਹਿਰੇਦਾਰ ਹਾਂ, ਵੀ ਚਲੇ ਜਾਈਏ ਅੰਦਰ ਪਗੌਂਠ ਵਿੱਚ, ਜਦੋਂ ਅਸੀਂ ਸਾਨੂੰ ਕੌਣ ਰੋਕਣ ਵਾਲੇ ਹਾਂ, ਅਸੀਂ ਬ੍ਰਹਮਾ ਦੇ ਪੁੱਤਰ ਹਾਂ। ਇਹੋ ਜਿਹਾ ਜਿਹੜਾ ਕ੍ਰੋਧ ਹੈ ਬੜੇ ਬੜੇ ਸਰਾਫ ਦਵਾ ਦਿੰਦਾ, ਮਨੁੱਖ ਦਾ ਖਾਤਮਾ ਕਰਕੇ ਰੱਖ ਦਿੰਦਾ। ਹੇ ਪਰਮੇਸ਼ੁਰ, ਕ੍ਰੋਧ ਨੂੰ ਤੂੰ ਜਾ ਨਾਸ਼ ਕਰਨ ਵਾਲਾ, ਉਹਦਾ ਫਾਹਾ ਵੱਢਣ ਵਾਲਾ ਹੈ। ਅੱਛਾ ਅਬਿਨਾਸੀ ਹੈ ਜਾ ਹਮੇਸ਼ਾ, ਅੱਛਾ ਕੀ ਹਮੇਸ਼ਾ, ਸਦਾ ਹੀ ਨਾਸ਼ ਤੋ ਰਹਿਤਾ। ਬਾਕੀ ਸਾਰੇ ਨਾਸ਼ ਹੁੰਦੇ ਹੈ, ਜਾਂ ਤੂੰ ਸਭ ਤੋਂ ਕਹਿੰਦੇ ਚੰਗਾ ਅਬਿਨਾਸੀ ਹੈ, ਬਾਕੀ ਤਾਂ ਅੰਡ ਬਿਨਾਸੀ, ਸੂਰ ਬਿਨਾਸੀ, ਉਸਪਲ ਸੇਰ ਬਿਨਾਸਾ, ਚਾਰ ਬਿਨਾਸੀ, ਖਟੈ ਬਿਨਾਸੀ, ਸਭ ਨਾਸਵੰਤ ਹੈ ਜਾਂ ਸਭ ਤੋਂ ਚੰਗਾ ਹਮੇਸ਼ਾ, ਤੂੰ ਨਾਸ ਤੋਂ ਰਹਿਤ ਅਬਿਨਾਸ਼ੀ ਸਰੂਪ ਹੈ। ਕਾਮ ਕੋ ਕਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ। ਇਸੇ ਤਰ੍ਹਾਂ ਜਾਂ ਤੂੰ ਪਰਮੇਸ਼ਰ ਕਾਮ ਕੋ ਕਨਿੰਦਾ ਹੈ, ਜਿਹੜੀਆਂ ਦੁਨੀਆਂ ਦੀਆਂ ਕਾਮਨਾ ਹੈ ਉਹਨਾਂ ਨੂੰ ਤੂੰ ਪੂਰੀਆਂ ਕਰਨ ਵਾਲਾ ਹੈ, ਦੁਨਿਆਵੀ ਕਾਮਨਾ ਪੂਰੀਆਂ ਕਰਨ ਵਾਲਾ ਹੈ। ਇਸੇ ਤਰ੍ਹਾਂ ਜਿਹੜੀਆਂ ਭਗਤਾਂ ਦੇ ਅੰਦਰ ਕੋਈ ਕਾਮਨਾ ਹੁੰਦੀਆਂ ਤਰ੍ਹਾਂ ਤਰ੍ਹਾਂ ਦੀਆਂ, ਉਹ ਵੀ ਤੂੰ ਜੋ ਮੰਗਾ ਠਾਕਰ ਆਪਣੇ ਤੇ ਸੋਈ ਸੋਈ ਦੇਵ ਹੈ, ਉਹ ਸਾਰੀਆਂ ਜਿਹੜੀਆਂ ਕਾਮਨਾ ਹਨ ਉਹ ਆਪਣੇ ਭਗਤਾਂ ਦੀਆਂ ਤੂੰ ਪੂਰੀਆਂ ਕਰਨ ਵਾਲਾ ਹੈ। ਕਿ ਖੂਬੀ ਕੋ ਦਿਹੰਦਾ ਹੈ, ਕਿ ਅਥਵਾ ਕੇਦਾਰਥ ਜਾਂ ਜਾਂ ਅਥਵਾ ਖੂਬੀ ਜਿਹੜੀ ਨੇਕੀ ਭਲਿਆਈ ਹੈ ਇਹਨੂੰ ਤੂੰ ਦੇਣ ਵਾਲਾ ਹੈ। ਬੁਰਿਆਈ ਮਨੁੱਖ ਕੋਲ ਬਥੇਰੀ ਹੈ, ਗੱਡਿਆਂ ਦੇ ਗੱਡੇ ਲੱਦੇ ਪਏ, ਪੰਡਾਂ ਦੀਆਂ ਪੰਡਾਂ, ਨੇਕੀ ਥੋੜੀ ਹੁੰਦੀ, ਭਲਿਆਈ ਥੋੜੀ ਹੁੰਦੀ ਮਨੁੱਖ ਕੋਲ। ਇਹ ਜਿਹੜੀ ਮਹਾਨ ਭਲਿਆਈ ਨੇਕੀ ਹੈ ਵੀ ਮਨੁੱਖ ਨੇ ਹਮੇਸ਼ਾ ਭਲਿਆਈ ਕਰੀ ਜਾਣੀ, ਇਹ ਜਿਹਨੂੰ ਪਰਮੇਸ਼ਰ ਬਖਸ਼ਦਾ ਨਾ ਫਿਰ ਉਹੀ ਨੇਕੀ ਭਲਿਆਈ ਅੱਗੇ ਕਰਦਾ ਹੈ, ਨਹੀਂ ਤਾਂ ਮਨੁੱਖ ਬੁਰਿਆਈ ਕਰਦਾ, ਬੁਰਾਈ ਕਰਦਾ, ਬੁਰਾਈ ਸੋਚਦਾ ਹੈ। ਇਹ ਪਰਮੇਸ਼ਰ ਆਸਵਾਦ ਨੂੰ ਜਿਹੜੀ ਕੋਈ ਖੂਬੀ ਹੈ, ਨੇਕੀ ਭਲਿਆਈ ਹੈ, ਇਹਨੂੰ ਵੀ ਦੇਣ ਵਾਲਾ, ਇਹਦਾ ਬਖਸ਼ਿਸ਼ ਕਰਨ ਵਾਲਾ ਵੀ ਹੈ। ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ। ਗਨੀਮਨ ਗਰਿੰਦਾ ਹੈ, ਇੱਕ ਪਾਸੇ ਨਹੀਂ ਪੜਿਆ ਕਰ, ਇਸ ਵਾਰ ਜਿਹੜੇ ਗਨੀਮਨ ਹਨ, ਬੈਰੀ ਹੈ, ਭਗਤਾਂ ਨਾਲ ਬੈਰ ਕਰਨ ਵਾਲੇ ਹਨ, ਉਹਨਾਂ ਦਾ ਤੂੰ ਗਰਿੰਦਾ ਕੀ ਗਰਕ ਕਰਨ ਵਾਲਾ ਹੈ।
ਭਗਤਾਂ ਦੇ ਬੈਰੀਆਂ ਦਾ ਤੂੰ ਗਰਵ ਕਰਨ ਵਾਲਾ ਹੈ, ਨਾਸ ਕਰਨ ਵਾਲਾ ਹੈ, ਕੇ ਤੇਜ ਕੋ ਪ੍ਰਕਾਸ਼ੀ ਹੈ, ਜਿਹੜਾ ਕੋਈ ਤੇਜ ਕੀ ਅਗਨੀ ਹੈ ਇਹਨੂੰ ਪ੍ਰਕਾਸ਼ ਬਖਸ਼ਣ ਵਾਲਾ ਹੈ, ਜਿਹੜੀ ਤੇਜ ਅੱਗ ਬਲਦੀ ਉਹਦੇ ਵਿੱਚੋਂ ਚਾਨਣ ਹੁੰਦਾ ਹੈ ਨਾ, ਰੋਸ਼ਨੀ ਹੁੰਦੀ ਹੈ, ਹਵਾ ਵਿੱਚੋਂ ਤਾਂ ਨਹੀਂ ਹੁੰਦੀ ਰੋਸ਼ਨੀ, ਇਸੇ ਤਰ੍ਹਾਂ ਆ ਧਰਤੀ ਵਿੱਚੋਂ ਨਹੀਂ ਰੋਸ਼ਨੀ ਹੁੰਦੀ, ਆਕਾਸ਼ ਵਿੱਚੋਂ ਨਹੀਂ ਹੁੰਦੀ ਹੈ, ਇਹ ਬਾਕੀ ਜਿਹੜੇ ਤੱਤ ਹੈ ਪੌਣ ਹੈ ਪਾਣੀ ਹੈ ਇਹਨਾਂ ਵਿੱਚੋਂ ਤਾਂ ਨਹੀਂ ਰੋਸ਼ਨੀ ਹੁੰਦੀ, ਇਹ ਅਗਨੀ ਨੂੰ ਮਹਾਰਾਜ ਨੇ ਬਖਸ਼ਿਆ, ਬਖਸ਼ਿਸ਼ ਕੀਤੀ ਅਗਨੀ ਨੂੰ, ਕਹਿੰਦੇ ਤੂੰ ਪ੍ਰਕਾਸ਼ ਬਖਸ਼ਣ ਵਾਲਾ ਹੈ, ਰੋਸ਼ਨੀ ਬਖਸ਼ਣ ਵਾਲਾ ਹੈ, ਇਸ ਕਰਕੇ ਜਿੱਥੇ ਅੱਗ ਪ੍ਰਜਵਲਿਤ ਹੋ ਗਏ ਉੱਥੇ ਪ੍ਰਕਾਸ਼ ਹੋਵੇਗਾ ਤੇ ਚਾਨਣ ਹੀ ਚਾਨਣ ਹੋ ਜਾਏਗਾ, ਪਰਮੇਸ਼ਰ ਨੇ ਉਹਨੂੰ ਰੋਸ਼ਨੀ ਬਖਸ਼ੀ ਹੈ, ਇਸ ਕਰਕੇ ਕਹਿੰਦੇ ਜਾ ਤੂੰ ਜਿਹੜੀ ਅਗਨੀ ਨੂੰ ਕਹਿੰਦੇ ਪ੍ਰਕਾਸ਼ ਬਖਸ਼ਣ ਵਾਲਾ ਹੈ, ਜਾਂ ਅਗਨੀ ਦਾ ਵੀ ਤੂੰ ਪ੍ਰਕਾਸ਼ਕ ਹੈ, ਕਾਲ ਹੂੰ ਕੇ ਕਾਲ ਹੈ, ਜਿਹੜੇ ਆ ਦੁਨੀਆਂ ਦੇ ਕਾਲ ਕਰਨ ਵਾਲੇ ਧਰਮ ਰਾਜ ਆਦਿਕ ਇਹਨਾਂ ਦਾ ਵੀ ਤੂੰ ਕਾਲ ਕਰਨ ਵਾਲਾ, ਇਹਨਾਂ ਨੂੰ ਮਾਰਨ ਵਾਲਾ ਵੀ ਪਰਮੇਸ਼ਰ ਹੈ ਤੂੰ, ਸਮੇਂ ਦਾ ਵੀ ਤੂੰ ਸਮੇਂ ਦਾ ਵੀ ਕਾਲ ਕਰਨ ਵਾਲਾ, ਕਿਤੇ ਚੰਗਾ ਸਮਾਂ ਕਿਤੇ ਮਾੜਾ ਸਮਾਂ, ਇਸ ਤਰ੍ਹਾਂ ਜਿਹੜੇ ਕੋਈ ਚੰਗੇ ਮਾੜੇ ਸਮੇਂ ਇਹਨਾਂ ਦਾ ਵੀ ਕਾਲ ਕਰਨ ਵਾਲਾ, ਇਹਨਾਂ ਨੂੰ ਵੀ ਸਮਾਪਤ ਕਰਨ ਵਾਲਾ ਹੈ, ਕਾਲ ਦਾ ਵੀ ਤੂੰ ਕਾਲ ਧਨਵਾਜ ਕਾਲ ਕਾਲ ਕਾ ਵੀ ਕਾਲ ਕਰਨ ਵਾਲਾ ਹੈ, ਕੇ ਸਤਰਨ ਕੇ ਸਾਲ ਹੈ, ਜਾਂ ਫਿਰ ਹੇ ਪਰਮੇਸ਼ਰ ਜਿਹੜੇ ਕੋਈ ਸਾਧੂ ਸੰਤਾਂ ਦੇ ਭਗਤਾਂ ਦੇ ਬੈਰੀ ਹਨ ਉਹਨਾਂ ਨੂੰ ਤੂੰ ਸਾਲ ਕਰਕੇ ਦੁੱਖ ਦੇਣ ਵਾਲਾ ਹੈ, ਉਹਨਾਂ ਨੂੰ ਤੂੰ ਤੰਗ ਕਰਨ ਵਾਲਾ ਹੈ, ਕਿ ਮਿੱਤਰਨ ਕੋ ਪੋਖਤ ਹੈ, ਜਾਂ ਪਰਮੇਸ਼ਰ ਜਿਹੜੇ ਕੋਈ ਮਿੱਤਰ ਹਨ ਉਹਨਾਂ ਦੀ ਤੂੰ ਪੋਖਤ ਕੀ ਹੈ, ਪਾਲਣਾ ਕਰਨ ਵਾਲਾ ਹੈ, ਆਪਣੇ ਮਿੱਤਰਾਂ ਦੀ ਜਿਹੜੇ ਤੇਰੇ ਨਾਲ ਦੋਸਤੀ ਲਾਉਂਦੇ ਨੇ ਤੇਰੇ ਨਾਲ ਪਿਆਰ ਕਰਦੇ ਉਹਨਾਂ ਦੀ ਪਾਲਣਾ ਪੋਸ਼ਣ ਕਰਨ ਵਾਲਾ ਹੈ, ਕਿ ਬਿਰਧਤਾ ਕੀ ਬਾਸੀ ਹੈ, ਜਾਂ ਜਿਹੜੀ ਬਿਰਧਤਾ ਕੀ ਬੜਿਆਈ ਪੁਣਾ ਹੈ ਇਹਦਾ ਤੂੰ ਬਾਸੀ ਕੀ ਹੈ ਘਰੀ ਹੈ, ਜਾਂ ਬਿਰਧਤਾ ਜਿਹੜੀ ਬੜਿਆਈ ਇਹਨੂੰ ਬਾਸੀ ਕੀ ਬਸ ਕਰਨ ਵਾਲਾ ਹੈ, ਆਪਣੇ ਕੰਟਰੋਲ ਵਿੱਚ ਰੱਖਣ ਵਾਲਾ ਹੈ, ਇਹ ਨੀ ਬੜਿਆਈ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਗੇੜੇ ਕੱਢੇ, ਪਰਮੇਸ਼ਰ ਨੂੰ ਵਡਿਆਈ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਵਾਲਾ ਹੈ, ਜਿੱਥੇ ਤੂੰ ਕਹਿੰਦਾ ਉੱਥੇ ਵਡਿਆਈ ਚਲੀ ਜਾਂਦੀ ਹੈ, ਜਿੱਥੇ ਵਡਿਆਈ ਚਲੀ ਜਾਂਦੀ ਉਸ ਮਨੁੱਖ ਦੀ ਵਡਿਆਈ ਹੋਣ ਲੱਗ ਪੈਂਦੀ ਹੈ, ਲੋਕ ਜਿਹਨੂੰ ਮਾੜਾ ਮਾੜਾ ਕਹਿੰਦੇ ਸੀ ਉਸੇ ਨੂੰ ਫਿਰ ਚੰਗਾ ਚੰਗਾ ਕਹਿਣ ਲੱਗਦੇ ਹੈ, ਕਿਉਂਕਿ ਪਰਮੇਸ਼ਰ ਨੇ ਉੱਥੇ ਆਪਣੀ ਬਿਰਧਾ ਵਡਿਆਈ ਭੇਜ ਦਿੱਤੀ, ਨਾ ਲੋਕ ਕਹਿੰਦੇ ਸੀ ਇਹ ਕੌਡਾ ਰਾਖ ਜਾਂ ਇਹ ਸੱਜਣ ਠੱਗ, ਜਦੋਂ ਮਹਾਰਾਜ ਨੇ ਵਡਿਆਈ ਭੇਜਤੀ ਫਿਰ ਅਸਲੀ ਠੱਗਣ ਬਣ ਸੱਜਣ ਬਣ ਗਿਆ, ਫਿਰ ਇਸੇ ਤਰ੍ਹਾਂ ਉਹ ਕੌਡੇ ਰਾਖਸ ਵਰਗਿਆਂ ਦਾ ਪਾਰ ਉਤਾਰਾ ਹੋਇਆ, ਉਹਦੇ ਸਰਾਪ ਸਰੂਪ ਬਖਸ਼ੇ ਗਏ ਤੇ ਉਹੀ ਮਹਾਨ ਭਗਤ ਬਣ ਕੇ ਤੇ ਅਸਲੀ ਜਿਹੜਾ ਲੋਕ ਹੈ ਉਹਦੇ ਵਿੱਚੋਂ ਚੱਲਿਆ ਗਿਆ, ਇਸ ਤਰ੍ਹਾਂ ਜਿਹੜੀ ਕੋਈ ਬਿਰਤ ਆਈ ਹੈ ਵਡਿਆਈ ਹੈ ਇਹ ਰਾਤ ਨੂੰ ਬਾਸੀ ਘਰ ਵੀ ਹੈ, ਇਹਨੂੰ ਆਪਣੇ ਬਸ ਵੀ ਕੀਤਾ ਕੰਟਰੋਲ ਵਿੱਚ ਰੱਖਣ ਵਾਲਾ ਵੀ ਹੈ, ਜੋਗ ਹੂੰ ਕੋ ਜੰਤਰ ਹੈ, ਜਿਹੜਾ ਕੋਈ ਤਰ੍ਹਾਂ ਤਰ੍ਹਾਂ ਦਾ ਯੋਗ ਹੈ ਉਹਦਾ ਤੂੰ ਮਾਨੋ ਜੰਤਰ ਹੀ ਹੈ ਤਵੀਤ ਹੀ ਹੈ, ਯਾਨੀ ਤਵੀਰ ਜਿਵੇਂ ਕਿਸੇ ਨੂੰ ਬਸ ਕਰ ਲੈਂਦਾ ਨਾ ਕੰਟਰੋਲ ਵਿੱਚ ਰੱਖਦਾ ਹੈ, ਇਸ ਤਰ੍ਹਾਂ ਜਿਹੜਾ ਯੋਗ ਹੈ ਉਹਨੂੰ ਤੂੰ ਜੰਤਰ ਨੂੰ ਵਾਂਗ ਹੈ, ਕਿਸ ਤਰੀ ਧਾਗੇ ਵਾਂਗ ਹੈ,
ਉਹ ਯੋਗ ਜਿੰਨੇ ਤਰ੍ਹਾਂ ਦੇ, ਕੋਈ ਰਾਜ ਯੋਗ ਹੈ, ਹਠ ਯੋਗ ਹੈ, ਇਸ ਤਰ੍ਹਾਂ ਸਗਰਭਤ ਯੋਗ ਹੈ, ਭਗਤੀ ਯੋਗ ਹੈ, ਵੀ ਸਾਰਿਆਂ ਜਿੰਨੇ ਵੀ ਯੋਗ ਉਹਨਾਂ ਤੋਂ ਜੰਤਰ ਵਾਂਗ ਤਾਗੇ ਵਾਂਗੂ ਤੂੰ ਕੰਟਰੋਲ ਵਿੱਚ ਰੱਖਣ ਵਾਲਾ ਹੈ। ਕਿ ਤੇਜ ਹੁਣ ਕੋ ਤੰਤਰ ਹੈ, ਜਿਹੜਾ ਕੋਈ ਤੇਜ ਹੈ, ਤੇਜ ਪ੍ਰਤਾਪ ਹੈ ਜਾਂ ਤੇਜ ਅਗਨੀ ਹੈ, ਇਹਨੂੰ ਇਹਦੇ ਵਾਸਤੇ ਤੂੰ ਤੰਤਰ ਰੂਪ ਹੈ। ਅਗਨੀ ਨੂੰ ਉਹਨੂੰ ਵੀ ਤੂੰ ਜਿਵੇਂ ਜਿਹੜਾ ਟੂਣਾ ਹੁੰਦਾ ਨਾ ਕਰ ਦਈਏ, ਅਗਨੀ ਤੂੰ ਕਦੇ ਟੂਣਾ ਰੂਪ ਹੈ, ਜਿਵੇਂ ਅਗਨੀ ਨੂੰ ਤੂੰ ਵਸ ਕਰਨ ਵਾਸਤੇ ਤੰਤਰ ਵਾਂਗ ਹੈ, ਟੂਣੇ ਵਾਂਗ ਹੈ, ਜਿਵੇਂ ਉਹ ਕੋਈ ਸੱਪ ਦਾ ਟੂਣਾ ਜਿਹਾ ਕਰੇ ਫਿਰ ਜ਼ਹਿਰ ਨਹੀਂ ਨਾ ਚੜ੍ਹਦੀ, ਇਸੇ ਤਰ੍ਹਾਂ ਅਗਨੀ ਤੇ ਉਹ ਟੂਣਾ ਕਰਦੇ ਅਗਨੀ ਦਾ ਸੇਕ ਨਹੀਂ ਲੱਗਦਾ, ਉਹਦੇ 'ਤੇ ਪ੍ਰਭਾਵ ਨਹੀਂ ਪੈਂਦਾ ਹੈ। ਉਹ ਭਾਵੇਂ ਬਲਦੇ ਬਲਦੇ ਕੋਲ ਆਪਣੇ ਹੱਥ 'ਤੇ ਰੱਖ ਲਏ, ਕਿਉਂਕਿ ਉਹ ਜਿਹੜਾ ਕੋਈ ਟੂਣਾ ਕਰ ਲਿਆ ਉਹਦੇ 'ਤੇ, ਉਹ ਜਿਹੜਾ ਕੋਈ ਸਾਧਨਾ ਕੀਤੀ ਸੀ ਉਹ ਸੰਸਾਰ, ਉਹ ਅਗਨੀ ਦਾ ਸੇਕ ਉਹਦੇ ਕੰਟਰੋਲ ਵਿੱਚ ਹੋ ਗਿਆ ਹੈ। ਅੱਗ ਵਿੱਚ ਵੀ ਬੈਠਾ ਰਹੇ ਉਹਨੂੰ ਅਗਨੀ ਕੁਝ ਕਹਿੰਦੀ ਹੈ। ਇਸ ਕਰਕੇ ਕਹਿੰਦੇ ਤੇਜ ਹੋ ਕੋ ਤੰਤਰ ਹੈ, ਆ ਜਿਹੜਾ ਤੇਜ ਹੈ ਇਹਦੇ ਵਾਸਤੇ ਤੂੰ ਮਹਾਰਾਜ ਤੂੰ ਟੂਣਾ ਰੂਪ ਹੈ, ਅਗਨੀ ਦੇ ਤੇਜ ਨੂੰ ਵੀ ਤੂੰ ਬਸ ਕੰਟਰੋਲ ਕਰਨ ਵਾਲਾ ਹੈ, ਟੂਣੇ ਵਾਂਗ। ਕਿ ਮੋਹਨੀ ਕੋ ਮੰਤਰ ਹੈ, ਜਾਂ ਮਹਾਰਾਜ ਤੂੰ ਮੋਹਣ ਵਾਸਤੇ ਮੋਹਣੀ ਮੰਤਰ ਹੈ, ਕਿਸੇ ਨੂੰ ਮੋਹ ਲੈਣ ਵਾਸਤੇ ਮੋਹਣੀ ਮੰਤਰ ਰੂਪ ਹੈ, ਤੂੰ ਮੋਹ ਲੈਣ ਵਾਲਾ ਮੋਹਣੀ ਮੰਤਰ ਵਾਂਗ ਹੈ। ਪੂਰਨ ਪ੍ਰਕਾਸ਼ੀ ਹੈ, ਅਸਵਾ ਹੈ ਪਰਮੇਸ਼ਰ ਤੂੰ ਪੂਰਨ ਪ੍ਰਕਾਸ਼ ਵਾਲਾ ਹੈ। ਇਹ ਕਹਿਣਾ ਵੀ ਥੋੜੇ ਥੋੜੇ ਪ੍ਰਕਾਸ਼ ਵਾਲੇ, ਜਿਵੇਂ ਟਟਾਣਾ ਜਿਹਾ ਹੁੰਦਾ ਹੈ ਵੀ ਮਾੜਾ ਮਾੜਾ ਜਿਹਾ ਪ੍ਰਕਾਸ਼ ਰਾਤ ਨੂੰ ਕਰਦਾ ਹੁੰਦਾ ਹੈ, ਇਸੇ ਤਰ੍ਹਾਂ ਜਿਹੜੀ ਬਦਲਾਂ ਵਿੱਚ ਬਿਜਲੀ ਹੁੰਦੀ ਹੈ ਉਹ ਵੀ ਮਿੰਟ ਸਕਿੰਟ ਪ੍ਰਕਾਸ਼ ਜਿਹਾ ਕਰਦੀ ਹੁੰਦੀ ਹੈ। ਅਗਨੀ ਜਿਹੜੀ ਕੋਈ ਚੁੱਲ੍ਹੇ ਦੀ ਉਹਦੇ ਵਿੱਚ ਵੀ ਉੱਥੇ ਪ੍ਰਕਾਸ਼ ਹੁੰਦਾ ਹੈ, ਇਸੇ ਤਰ੍ਹਾਂ ਜਿਹੜੀ ਜੰਗਲ ਦੀ ਅਗਨੀ ਉੱਥੇ ਵੀ ਕੁਝ ਉਹਦਾ ਪ੍ਰਕਾਸ਼ ਹੁੰਦਾ ਹੈ ਕੁਝ ਸਮਾਂ, ਇਸੇ ਤਰ੍ਹਾਂ ਬੜਬਾ ਅਗਨੀ ਹੈਗੀ ਹੈ, ਪੇਟ ਅਗਨੀ ਵੀ ਹੈਗੀ ਹੈ, ਪੇਟ ਦੇ ਵਿੱਚ ਹੈ, ਉਹ ਆਪਣਾ ਪ੍ਰਕਾਸ਼ ਦਿਖਾਉਂਦੀ ਹੈ, ਆਪਣਾ ਬਲ ਦਿਖਾਉਂਦੀ ਹੈ। ਜਿਹੜਾ ਕੋਈ ਸਾਡਾ ਖਾਧਾ ਪੀਤਾ ਜਾਏ ਉਹ ਆਪਣੇ ਪ੍ਰਕਾਸ਼ ਨਾਲ ਆਪਣੇ ਬਲ ਨਾਲ ਸਭ ਹਜ਼ਮ ਹੁਜੇ ਕਰਕੇ ਸੱਤ ਧਾਤੂਆਂ ਵਿੱਚ ਤਬਦੀਲ ਕਰ ਦਿੰਦੀ ਹੈ। ਜਿਹੜੀ ਅਗਨੀ ਹੈ, ਪੇਟ ਅਗਨੀ ਹੈ, ਬੜਬਾ ਅਗਨੀ ਹੈ, ਚੁੱਲ੍ਹੇ ਦੀ ਅਗਨੀ ਹੈ, ਇਹ ਸਾਰਿਆਂ ਦਾ ਪ੍ਰਕਾਸ਼ੀ ਪ੍ਰਕਾਸ਼ਨ ਵਾਲਾ ਪਰਮੇਸ਼ਰ ਹੈ। ਤੂੰ ਰੂਪ ਕੋ ਨਿਵਾਸ ਹੈ, ਫਿਰ ਤੂੰ ਰੂਪ ਦਾ ਤਾਂ ਨਿਵਾਸ ਕੀ ਇਹ ਘਰ ਹੀ ਹੈ। ਜਿਹੜਾ ਕੋਈ ਚੰਗਾ ਸਰੂਪ ਹੈ ਉਹਦਾ ਤੂੰ ਘਰ ਹੈ, ਜਿਹਨੂੰ ਮਰਜ਼ੀ ਵਾਹਿਗੁਰੂ ਕੋਈ ਸੋਹਣਾ ਸਰੂਪ ਦੇ ਦੇਵੇ ਜਿਹਨੂੰ ਮਿਲ ਜਾਂਦਾ ਹੈ। ਰੂਪ ਕੋ ਨਿਵਾਸ ਹੈ, ਜਾਂ ਤੂੰ ਹੇ ਪਰਮੇਸ਼ਰ ਰੂਪ ਨੂੰ ਆਕਾਰ ਦਾ ਹੁੰਦਾ ਹੈ, ਜਿਹੜਾ ਆਕਾਰ ਹੈ ਉਹਦਾ ਤੂੰ ਨਿਵਾਸ ਕੀ ਇਹ ਘਰ ਹੈ। ਜਿੰਨੇ ਆਕਾਰ ਹੈ ਤੇਰੇ ਵਿੱਚੋਂ ਨਿਕਲੇ ਹੈ, ਇਹਨਾਂ ਦੀ ਖਾਣ ਹੈ ਤੂੰ, ਇਹ ਰੂਪ ਦੇ ਵਿੱਚ ਤੂੰ ਹੀ ਇਸ ਦੀ ਕਰ ਰਿਹਾ ਹੈ। ਕਿ ਬੁੱਧ ਕੋ ਪ੍ਰਕਾਸ਼ ਹੈ, ਜਾਂ ਬੁੱਧੀ ਨੂੰ ਪ੍ਰਕਾਸ਼ਨ ਵਾਲਾ, ਬੁੱਧੀ ਨੂੰ ਰੋਸ਼ਨ ਕਰਨ ਵਾਲਾ, ਬੁੱਧੀ ਨੂੰ ਅੱਗੇ ਚਾਨਣ ਬਖਸ਼ਣ ਵਾਲਾ ਤੂੰ ਹੈ। ਕਿ ਸਿੱਧਤਾ ਕੋ ਬਾਸ ਹੈ, ਅਥਵਾ ਤੂੰ ਪਰਮੇਸ਼ਰ ਸਿੱਧਤਾ ਕੋ ਬਾਸ ਹੈ, ਜਿਹੜੀ ਕੋਈ ਸਿੱਧੀ ਹੈ ਮੁਕਤੀ ਹੈ ਉਹਦਾ ਤੂੰ ਮਾਰਾ ਬਾਸ ਕੀ ਹੈ ਘਰ ਹੀ ਹੈ। ਜਿਹੜੀ ਸਮੀਪ ਮੁਕਤੀ ਹੈ, ਸਰੂਪ ਮੁਕਤੀ ਹੈ,
ऐसे इतना शारीर मुक्ति है, रतु कर है, केवल मुक्ति रति वास की ये कर है, नेत्रा दी सिद्धता है मुक्ति और रतु वास ही है, जिनिया सिद्धियां जिनिया हैं तेरे बस विच है, तेरे कंट्रोल विच हैं, तेरे अंदर ही बस दिया हैं। के बुद्ध हू को कार है, या फिर जड़ी आत्म विशेणी बुद्ध है, ओदा तां तू घर ही है, टिकाणा ही है, जड़ी आत्म विशेणी बुद्ध है ओ तेरे विच स्थिति रखदी है, जिन्हों तू बख्शिश कर दें फिर उसे स्थिति कर लेंदी आत्म बुद्ध आत्म स्वरूप दी लखता वाली बुद्धि। इस तरह जड़ी आत्म विशेणी बुद्ध है ओदा तां तू घर ही है, टिकाणा ही है, वो तेरे अंदर ही स्थिति कर रही है। देवन को देव है, जेड़े कोई देवते हैं उन्होंने भी तू देव की प्रकाशक प्रकाशक है, उन्होंने भी प्रकाशन वाला है। निरंजन अपेव है, ये निरंजन निरंजन जी माया दी कालक है, ये तो तू रहत करन वाला है, ते अपेव है भेद तो रहत वाला है। अदेवन को देव है, जेड़े नहीं देव ते ओ कौन ने दैत राख, जेड़े दैत आलक है उन्होंने दब भी तू देव है कि प्रकाशन वाला है, उन्होंने भी कहने तू प्रकाश बख्शन वाला है, उन्हों का भी तो प्रकाशक है। कि शुद्धता को सार है, कि शुद्धता को सार है, शुद्ध का शुद्धता ही है ना, हाँ शुद्धता को सार है, शुद्ध नौ सफाई का पवित्रता ही है, जी सफाई है पवित्रता ही तो तू सरोवर ही है, सर नौ और समुद्र का भी हुंदा है, विश्व सफाई का तो समुद्र ही है तू, या शुद्धता को सर है, सफाई दे सदर्श है तू, पवित्रता ही दे सदर्श है, या शुद्धता को सर है, जिन्नी की सोझी है सुधी है सोझी ओदा तू सरोवर है, इन्नी कोई सोझी समझ है वो तेरे विचों आई है मनुख कोल, इस करके शुद्धता दा पवित्रता दा सवाई दा तू सर है सरोवर है तला है। जान को बचैया है, जेड़े कोई भगती करने वाले भगत है उन्हां दी तू दुष्टां तो कहिंदे जान बचाउण वाला है, नहीं तो जेड़े दुष्ट लोग है वह फिर भगतों के मगर पै जाते कहते थानू मारा गे, नामदेव नू कहता भी सत घड़िया तेनू देतियां, इहदे विच विच आ दो तीन गल्लां कर दे, नहीं तो फिर तू बस तैयार हो जा मरन नू, जां तां जिहड़ी मरी पई कू है उहनू जिउंदी कर दे, ते जां फिर तू मुसलमान बन जा, साडे मत विच आ जा, इस्लाम कबूल कर ला, नहीं सत घड़ियां तो बाद बस तेनू मार देना, भगतां दी जान नू खतरा हो गया ना नामदेव नू, फिर परमेश्वर का आराधन कर लग पिया, याद करदिया करदिया जो सत घड़ियां बीतियां ते ओ टल जा बजिया घंटा जा बजिया, ते ओ आवाज जदों कन्नां दे विच पई नामदेव दे, ते फिर आप जी ने मुखों किया सात घड़ी जा बीती सुनी अजो न पायो तिर पवन तनी, कि साडी जान बचाउण वाला मालिक नहीं आया है, वो तो इन्ना समा लाउंदा नहीं हुंदा है,
ਉੱਪਰ ਨਾ ਜਾ ਹੋਇਆ ਵੀ ਆ ਜਾਣਾ ਚਾਹੀਦਾ ਸੀ। ਕਹਿੰਦੇ ਪਾਖੰਡ ਤਾਂ ਬਾਜ ਬਜਾਇਦਾ, ਖੰਭਾਂ ਦਾ ਬਾਜਾ ਬਜਾਉਂਦਾ, ਕਿਉਂਕਿ ਜਦੋਂ ਖੰਭਾਂ ਨਾਲ ਕੋਈ ਪੰਛੀ ਉੱਡੇ ਉਹ ਆਵਾਜ਼ ਹੁੰਦੀ ਹੈ ਨਾ, ਕੜਕਾ ਦੜਕਾ ਹੁੰਦਾ। ਕਹਿੰਦੇ ਖੰਭਾਂ ਦਾ ਬਾਜਾ ਵਜਾਉਂਦਾ ਹੋਇਆ ਆ ਗਿਆ ਉਹ, ਗਰੜ ਚੜੇ ਗੋਬਿੰਦ ਆਇਲਾ, ਗਰੜ ਨਵੇਂ ਪੰਛੀ ਤੇ ਚੜ ਕੇ ਗੋਬਿੰਦ ਜੀ ਆ ਗਏ। ਆਉਂਦੇ ਆ ਸਾਰੀ ਨਾਮ ਦੇ ਨੂੰ ਕਿਹਾ, ਕਹਿ ਤਾਂ ਕੋਡੀ ਕਰੋ, ਜੇ ਤੂੰ ਆਖੇ ਨਾਮ ਦੇ ਧਰਤੀ ਨੂੰ ਕੋਡੀ ਕਰ ਦਿਆਂ, ਜੇ ਤੂੰ ਕਹੇ ਮੈਂ ਪੁੱਠੀ ਕਰਕੇ ਫਿਰ ਉੱਪਰ ਲੈ ਕੇ ਰੱਖ ਦਿਆਂ, ਪਹਿਲਾਂ ਪੁੱਠੀ ਕਰ ਦਿਆਂ ਫਿਰ ਇਹਨੂੰ ਸਿੱਧੀ ਕਰ ਦਿਆਂ, ਸਿੰਨੇ ਦੁਸ਼ਟ ਹੇਠਾਂ ਰਹਿ ਜਾਣਗੇ, ਬਾਕੀ ਬਣੇ ਬਣਾਏ ਉੱਪਰ ਆ ਜਾਣਗੇ ਸਹੀ ਸਲਾਮਤ। ਜੇ ਤੂੰ ਕਹੇ ਤਾਂ ਮਰੀ ਗੁਜਾਉਂਦੀ ਕਰ ਦਿੰਦਾ। ਕਹਿੰਦੇ ਮਹਾਰਾਜ ਕਾਹਨੂੰ ਧਰਤੀ ਪੁੱਠੀ ਕਰਨੀ ਹੈ, ਕਾਹਨੂੰ ਫਿਰ ਸਿੱਧੀ ਕਰਨੀ ਆ, ਆ ਸਿਰਫ ਰੌਲਾ ਗੌਲਾ ਮਰੀ ਗਾਉਂਦਾ, ਇਹ ਜਿਉਂਦੀ ਕਰ ਦਿਓ, ਬਸ ਸਭ ਕੁਛ ਵਿੱਚੇ ਹੋ ਜਾਊ। ਬਸ ਉਸੇ ਵੇਲੇ ਪਰਮੇਸ਼ਰ ਨੇ ਉਹ ਗਊ ਜਿਉਂਦੀ ਕਰ ਦਿੱਤੀ। ਇਸ ਤਰ੍ਹਾਂ ਫਿਰ ਉਹ ਨਮਾਸੇ ਨੂੰ ਬਸ਼ਰਾ ਮੇਲ ਸੈਨ ਤੋਂ ਸੈਨਤੀ ਹੋਏ ਨਾਮਦੇਵ ਜੀ ਤੇ ਪਰਮੇਸ਼ਰ ਜੀ ਤੇ ਗਊ ਜਾਂਦੀ ਕਰਤੀ ਤੇ ਗਊ ਹੋਈ ਬਛਰਾ ਮੇਲ। ਕਹਿੰਦੇ ਬੱਛਾ ਛੱਡ ਕੇ ਜਣਾ ਜਾ ਪਾ ਕੇ ਤੇ ਉਹ ਜਿਹੜੀ ਗਊ ਹੈ ਉਹ ਚੁਹਾ ਦਿੱਤੀ। ਦੁੱਧ ਕੀ ਤੂੰ ਮੜਕੀ ਭਰੀ ਲੇ ਬਾਦਸ਼ਾਹ ਕੇ ਅੱਗੇ ਧਰੀ ਤੇ ਬਾਦਸ਼ਾਹ ਮਹਿਲ ਮੈਂ ਜਾਏ ਔਕੜ ਕੀ ਕਰ ਲੱਗੀ ਆਏ। ਕਿੱਥੇ ਤਾਂ ਇਹਦੀ ਜਾਨ ਲੈਣ ਵਾਸਤੇ ਕਿਸੇ ਆਪ ਔਖੀ ਘੜੀ ਆ ਲੱਗੀ, ਆਪਣੀ ਜਾਨ ਦੀ ਫਰਕ ਪੈ ਗਿਆ। ਇਹ ਲੱਗ ਗਿਆ ਚੰਗਰਾ ਮਾਰਨ, ਬਖਸ਼ੀ ਦੂ ਮੈਂ ਤੇਰੀ ਗਾਏ। ਮੈਂ ਕਹਿੰਦੇ ਵੀ ਤੇਰੀ ਗਊ ਵਰਗਾ ਹੈ, ਤੈਨੂੰ ਮੈਨੂੰ ਬਖਸ਼ ਲਾ ਬਚਾ ਲਾ ਮਰਦੇ ਨੂੰ। ਇਸ ਤਰ੍ਹਾਂ ਜਿਹੜੇ ਕੋਈ ਭਗਤਾਂ ਦੀ ਜਾਨ ਲੈਣ ਵਾਲੇ ਉਹਨਾਂ ਦੀ ਜਿਹੜੀ ਜਾਨ ਹੈ ਉਹਨਾਂ ਨੂੰ ਤੂੰ ਬਚਾਉਣ ਵਾਲਾ ਹੈ। ਮਾਨ ਕੋ ਦਿਵਈਆ ਹੈ, ਜਿਹੜਾ ਅਸਲੀ ਅਕਾਲੀ ਧਰਮ ਹੈ ਉਹਨੂੰ ਤੂੰ ਦੇਣ ਵਾਲਾ ਹੈ। ਇੱਕ ਤਾਂ ਸਰੇਵੜਿਆਂ ਦਾ ਵੀ ਧਰਮ ਹੈ ਨਾ, ਉਹ ਅਧਰਮੀ ਹੈ, ਜਿਹੜਾ ਗੰਦਮੰਦ ਦਾ ਘਰ ਹੈ। ਇੱਕ ਤਾਂ ਪੱਤਰ ਭਰ ਉਰਕਟ ਕੁਰਕਟ, ਇੱਕ ਤਾਂ ਪੱਤਰ ਭਰ ਪਾਣੀ, ਆਸ ਪਾਸ ਪੰਜੋਗੀਆਂ ਬੈਠੇ ਵਿੱਚ ਨਕਟ ਦੇ ਰਾਨੀ, ਆਹ ਕੁਛ ਇਹਨਾਂ ਦਾ। ਇੱਕ ਮੰਡੇ ਵਿੱਚ ਕਹਿੰਦੇ ਸ਼ਰਾਬ ਭਰ ਲੈਂਦੇ, ਇੱਕ ਵਿੱਚ ਕੁੱਕੜ ਦਾ ਮਾਸ ਬਣਾਇਆ ਹੋਇਆ ਉਹ ਪਾ ਲੈਂਦੇ ਭਰ ਲੈਂਦੇ, ਇਹ ਆਸ ਪਾਸ ਪੰਜ ਸੱਤ ਘੰਟੇ ਪੈ ਜਾਂਦੇ ਜਿਹੜੇ ਆਪਣੇ ਆਪ ਨੂੰ ਜੋਗੀ ਘੁੰਮਦੇ। ਉਸੇ ਵੇਲੇ ਬੀਚ ਕਹਿੰਦੇ ਨੱਕ ਕੱਟੀ ਬਹਿ ਜਾਂਦੀ ਹੈ। ਇਸ ਤਰ੍ਹਾਂ ਇਹ ਧਰਮ ਹੈ ਜਿਹਨੂੰ ਤੁਹਾਨੂੰ ਕਹਿੰਦੇ, ਇਹ ਜਿਹੜਾ ਅਸਲੀ ਧਰਮ ਹੈ ਇਹਨੂੰ ਤੋਂ ਬਖਸ਼ਣ ਵਾਲਾ ਹੈ, ਦੇਣ ਵਾਲਾ, ਜਿਸ ਨਾਲ ਜੀਵ ਜੀ ਕਲਿਆਣ ਹੁੰਦੀ ਹੈ। ਜਮ ਜਾਲ ਕੋ ਕਟਈਆ ਹੈ, ਜਿਹੜਾ ਜਮਾ ਦਾ ਜਾਲ ਹੈ, ਅਫਵਾਹ ਹੈ, ਮੌਤ ਹੀ ਹੈ ਜਮਾ ਦਾ ਜਾਲ, ਇਹ ਮੌਤ ਨੂੰ ਤੂੰ ਕੱਟਣ ਵਾਲਾ ਹੈ। ਕਿ ਕਾਮਨਾ ਕੋ ਕਾਰ ਹੈ, ਜਾਂ ਜਿਹੜੀਆਂ ਕੋਈ ਕਾਮਨਾ ਇਹਨਾਂ ਨੂੰ ਪੂਰੀਆਂ ਕਰਨ ਵਾਲਾ ਹੈ, ਕਾਮਨਾ ਜਿਹੜੀਆਂ ਤ੍ਰੀਮਤਾ ਇਹਨਾਂ ਨੂੰ ਵੀ ਕਰਨ ਵਾਲਾ, ਇਹਨਾਂ ਨੂੰ ਵੀ ਬਣਾਉਣ ਵਾਲਾ ਹੈ। ਤੇਜ ਕੋ ਪ੍ਰਚੰਡ ਹੈ, ਫਿਰ ਜਿਹੜਾ ਤੇਜ ਹੈ ਇਹਨੂੰ ਤੂੰ ਮਾਰਾ ਬੜਾ ਭਾਰੀ ਪ੍ਰਚੰਡ ਕੀ, ਤ੍ਰਿਖਾ ਤੇਜ ਰੂਪ ਹੈ, ਇਹ ਤੇਜ ਨੂੰ ਤੂੰ ਦਬਾਉਣ ਵਾਲਾ ਤਿੱਖਾ ਤੇਜ ਰੂਪ ਹੈ। ਜਾਂ ਇਸੇ ਤਰ੍ਹਾਂ ਤੇਜ ਕੋ ਪ੍ਰਚੰਡ ਹੈ, ਜਿਹੜਾ ਅੱਗ ਹੈ ਇਹਨੂੰ ਤੂੰ ਤ੍ਰਿਖਾਪਣ ਬਖਸ਼ਣ ਵਾਲਾ ਹੈ, ਜੋ ਕੁਛ ਪਾ ਦਿਓ ਅੱਗ ਵਿੱਚ ਫਟਾਫਟ ਭਸਮੀ ਪੂਤ ਕਰੀ ਜਾਂਦੀ, ਸੁਹਾਗ ਕਰੀ ਜਾਂਦੀ, ਇਸ ਬਿਲਕੁਲ ਉਹਦੀ ਹੋਣ ਹਸਤੀ ਨੂੰ ਖਤਮ ਕਰੀ ਜਾਂਦੀ ਹੈ। ਅਸੀਂ ਇਹ ਅਗਨੀ ਨੂੰ ਤ੍ਰਿਖਾਪਣ ਬਖਸ਼ਿਆ ਵਾਹਿਗੁਰੂ। ਕਹਿੰਦੇ ਇਸ ਤਰ੍ਹਾਂ ਅਗਨੀ ਨੂੰ ਤ੍ਰਿਖਾਪਣ
तेजपना बख्शन वाला तू ही है। अखंडन को खंड है, जड़े नहीं टोटे टोटे होने वाले उन्होंने तू टोटे टोटे करने वाला खंडन करने वाला है। महीपन को मंड है, जड़े महीप के राजे महाराजे है उन्होंने तू ही मंडप की इज्जत करने वाला है। वही राज भाग के ऊपर इज्जत करने वाला है, सजाण वाला है। कि स्त्री है ना नार है, अथवा हे वाहिगुरु तू स्त्री बनी ही है ते मर्द बनी है, तू कोई कुछ भी है नहीं है। विश्व को भरन है, फिर तू परमेश्वर जरा संसार है इनू भरन वाला है, इनू तू भूखण वाला है। कि आपदा को हरन है, भगतां दे उपर पई हुई मुसीबत है बेबिजानो तू नाश करन वाला है। कि सुख को करन है, या भगतां नू सुख करन वाला है, सुख बख्श या जरे तरह तरह दे सुख उन्होंने पैदा करन वाला है। के तेज को प्रकाश है, जरा कोई तेज अग्नि है नू तू प्रकाशन देन वाला है। पाईए ना पार पारा वार हूं को पार जाको, महाराज कहंदे सिंह वो ऐसा जरा अकाल पुरख वाहिगुरु है जिसका जरा पारा वार पाला ते बारला उरला इस तरह उरले पल पारनों कंडे दा है और ले कंडे दा भी ते पारले पासे पासे दा जरा पार की ये कंडा है उरा पारनों पते दा है और ले पासे ते पारले पासे दा जरा कंडे दा पार के ने पता नहीं पाई या पाया जान्दा है। कीजत विचार सो विचार को निवास है, जे करके विचार कर लग पाइए जे विचार करिए तो फिर यही कहंदे अकीर तेर जट निकलदा है, यही सिद्धांत निकलदा सो विचार को निवास है। सारिया विचारां दा निवास जिहड़ा घर परमेश्वर है, जिन्निया आत्म विचार है उसे विचों ये निकल दियां ते ही जिहड़ी श्रेष्ठ विचारां उही बख्शिश करन वाला चंगियां विचारां दा घर परमेश्वर ही है। हिंगला है मल गावे, हे सिंघोस परमेश्वर नूं जिहड़ा हिंगला पहाड़ है उहदे ते जिहड़े रहण वाले उह वी गाउंदे है, ਜਿਹੜੇ ਹਿਮਾਲੇ ਪਹਾੜ ਤੇ ਬਰਫ਼ ਦੇ ਪਹਾੜ ਤੇ ਰਹਿੰਦੇ ਨੇ ਉਹ ਵੀ ਉਹਨੂੰ ਗਾਉਂਦੇ ਹਨ। ਹਿੰਗਲਾ ਨਦੀ ਇੱਕ ਨਾਂ ਹੈ, ਹਿੰਗਲਾ ਨਦੀ ਤੇ ਰਹਿਣ ਵਾਲੇ ਵੀ ਗਾਉਂਦੇ ਹੈ, ਇਹ ਹਿਮਾਲੇ ਪਹਾੜ ਬਰਫ਼ ਦੇ ਪਹਾੜਾਂ ਵਿੱਚ ਰਹਿਣ ਵਾਲੇ ਵੀ ਗਾਉਂਦੇ ਉਸ ਨੂੰ। ਹਬਸੀ ਹਲੱਬੀ ਧਿਆਵੈ, ਇਸੇ ਤਰ੍ਹਾਂ ਜਿਹੜੇ ਹਬਸ ਦੇਸ਼ ਦੇ ਵਾਸੀ ਹੈ, ਅਫਰੀਕਾ ਦੇ ਵਿੱਚ ਇੱਕ ਦੇਸ਼ ਹੈ ਜਿਹਦਾ ਨਾਂ ਹਬਸ ਹੈ, ਉੱਥੋਂ ਦੇ ਜਾਲੇ ਕਾਲੇ ਕਾਲੇ ਜਿਹੇ ਲੋਕ ਹੈ ਹਸਬੀ ਹਬਸੀ ਜਿਹੜੇ ਹਨ ਉਹ ਵੀ ਇਸੇ ਤਰ੍ਹਾਂ ਜਿਹੜੇ ਕੋਈ ਹਲੱਬੀ ਹਨ, ਹਲੱਬ ਸ਼ਹਿਰ ਦੇ ਰਵਾਸੀ ਹਨ ਉਹ ਵੀ ਤੈਨੂੰ ਧਿਆਉਂਦੇ ਹਨ। ਪੂਰਬੀ ਨਾ ਪਾਰ ਪਾਵੇ, ਜਿਹੜੇ ਪੂਰਬ ਵਿੱਚ ਰਹਿਣ ਵਾਲੇ ਉਹ ਵੀ ਤੇਰਾ ਪਾਰਾਵਾਰ ਨਹੀਂ ਪਾਉਂਦੇ ਹਨ। ਆਸਾ ਤੇ ਅਨਾਸ ਹੈ, ਇਹ ਪਰਮੇਸ਼ਰ ਜਿੰਨੀ ਤਰ੍ਹਾਂ ਦੀ ਆਸਾ ਹੈ ਉਹ ਤੂੰ ਪੂਰੀਆਂ ਕਰਨ ਵਾਲਾ ਹੈ, ਆਪ ਤੂੰ ਆਸਾ ਤੋਂ ਅਨਰਹਿਤ ਹੈ। ਜਿਹੜੀਆਂ ਆਸਾ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਆਸਾ ਤੋਂ ਤੂੰ ਅਨਕੀਏ ਰਹਿਤ ਕਰਨ ਵਾਲਾ, ਇੱਛਾ ਤੋਂ ਰਹਿਤ ਕਰਨ ਵਾਲਾ ਵੀ ਤੂੰ ਹੈ। ਭਗਤਾਂ ਨੂੰ ਦੇਵਨ ਕੋ ਦੇਵ, ਫਿਰ ਜਿਹੜੇ ਕੋਈ ਦੇਵ ਤੇ ਉਹਨਾਂ ਦਾ ਤੂੰ ਦੇਵ ਕੀ ਪੂਜਨੀਕ ਹੈ ਸਤਿਕਾਰ ਯੋਗ ਹੈ। ਮਹਾਦੇਵ ਹੂੰ ਕੇ ਦੇਵ ਹੈ, ਜਿਹੜਾ ਮਹਾਦੇਵ ਉਹਦਾ ਵੀ ਦੇਵ ਕੀ ਇੱਥੇ ਪ੍ਰਕਾਸ਼ਕ ਹੈ, ਉਹਦਾ ਵੀ ਪੂਜਨੀਕ ਸਤਿਕਾਰ ਯੋਗ ਤੂੰ ਹੀ ਹੈ।
महादेव बड़ा देव विष्णु उदावी तुम प्रकाशक है निरंजन अपेवनाथ तो निरंजन मायादि कालख तो रहते तो रहते सारिया का मालिक स्वामी है अदव अद नाश है दवै तो रहते नाश तो रहते हैं। इस तरह एक गुरु गोविंद सिंह साहब महाराज जी ने निरोल अकाल पुरख वाहगुरु की जी महमै इन्हों कविता की है कुछ आप पिछे पढ़े सी कुछ अज पढ़े है इस तो बाद कुछ कल कविता आगे आप रल मिल के आप विचारांगे हूं इतनी समाप्ति है जी हिंगला हिमालय गावै हबसी हलबी त्यावै पूर्वी न पार पावै आसा ते अनास है देवन को देव महादेव हूं के देव है निरंजन अपेवनाथ अदवै अविनाश है वाहिगुरु जी का खालसा वाहिगुरु जी की फतेह आछत हे पार ब्रह्म अविनाशी अगनहास हे पूरन हे सर्वमय दुख पंजन गुण सार हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी हो वनहार हे संतां कै सदा संग निदाराया धार हे ठाकुर हां दास रो मैं निर्गुण गुण नहीं कोय नानक दी जय नाम जान राखो ही प्रभु आए प्रभ शरणांगति कृपा निज दयाल एक ही अखर हर मन वसत नानक होत निहाल वाहिगुरु नाम जहाज है चले सो तुरे पार जो सरदा कर से बंदे गुरु पारे उतारन हार जो सरदा कर से बंदे